ज्यादा उस रूह को बढ़ाओ, लिवियो मारे लिवियो होता हूं, इतना ना सुनो बनाओ कि कोई पूछे कि वह फेथ के फॉलो एंड यू कैन डिफरेंशिएट बिटवीन सिखिज्म एंड इस्लाम, यू कैन टीच सो मच, दैट्स प्रचार, दैट्स गिविंग पीपल नॉलेज, डू दैट, अदरवाइज नो वन्स गोना रियली आस्क यू आर दे, नो वन्स रियली बदर, इतना तो रिया जाने कोई पूछता हमने जो गल करनी चाहूंगा सब बाबा जरनैल सिंह जी खालसा भिंडरा वाले महापुरख हुए and this story baba ranjit singh te priya wale thaur ki ek gal mainu baba ranjit singh unna ne dassi si kande ki apa india vich eh 10 saalan di 15 years ago this gal happened kande main gaya to the local hospital patiale vich pgi hospital aa kande apan chi pgi hospital in patiala kande main utthe gaya kande kise nu milan vaste gaye si someone had injured themselves they were in hospital dal khana si unna de ਕਹਿੰਦੇ ਵੀ ਬੈਠੇ ਮੈਂ ਮਿਲਿਆ ਉਹਨਾਂ ਨੂੰ ਬਾਹਰ ਆਇਆ ਮੈਂ ਗੱਡੀ 'ਚ ਬੈਠਾ ਕਹਿੰਦੇ ਅ ਡਾਕਟਰ ਵਾਕਸ ਬਾਈ ਦਾ ਨੈਕਸਟ ਡਾਕਟਰ ਕਹ ਲੋ ਨਾਊ ਹੀ ਇਜ਼ ਰਿਜ਼ਾਈਨਡ ਕਹਿੰਦੇ ਬਜ਼ੁਰਗ ਸੀ ਤੁਰਿਆ ਜਾ ਰਿਹਾ ਉਹਨੇ ਮੈਨੂੰ ਵੇਖਿਆ ਕਹਿੰਦੇ ਆਇਆ ਕੋਲ ਕਹਿਣ ਲੱਗੇ ਅੱਛਾ ਕਹਿੰਦੇ ਤੁਸੀਂ ਕੀਰਤਨ ਕਰਦੇ ਹੁੰਦੇ ਦਿਸ ਇਜ਼ ਬਿਫੋਰ ਵੈਨ ਦੇ ਸਟਾਰਟਡ ਆਫ ਇਨੀ ਜਾਣ ਪਛਾਣ ਨਹੀਂ ਸੀ ਸੰਗਤ ਨੂੰ ਸੋ ਵੈਨ ਦੇ ਸਟਾਰਟਡ ਆਫ ਦੇ ਸੈਡ ਤੁਸੀਂ ਕੀਰਤਨ ਕਰਦੇ ਹੋ ਕਹਿਣ ਕੋਸ਼ਿਸ਼ ਕਰੀ ਦੀ ਆਪਾਂ ਹਰ ਜਾ ਸੋ ਜੇ ਸੰਗਤ ਵਿੱਚ ਕੋਸ਼ਿਸ਼ ਵੀ ਟਰਾਈ ਅੱਛਾ ਉਹ ਕਹਿਣ ਲੱਗੇ ਫਿਰ ਤੁਸੀਂ ਕੋਈ ਗੁਰਸਿੱਖਾਂ ਦੀ ਸੰਗਤ ਕੀਤੀ ਆ ਕਿ ਤੁਹਾਨੂੰ ਇਦਾਂ ਰੰਗ ਲੱਗਾ ਉਹ ਕਹਿਣ ਲੱਗੇ ਹਾਂਜੀ ਆਪਾਂ ਠੀਕ ਆ ਆਪਾਂ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਐਂਡ ਦੈਨ ਬਾਬਾ ਜੀ ਟਰਨਸ ਅਰਾਊਂਡ ਟੂ ਹਿਮ ਐਂਡ ਸੇਜ਼ ਤੁਸੀਂ ਵੀ ਕੋਈ ਗੁਰਸਿੱਖਾਂ ਦੀ ਸੰਗਤ ਕੀਤੀ ਆ ਕਿ ਪਿਆਰੇ ਬੜੇ ਲੱਗਦੇ ਆ ਕਿ ਪਿਆਰ ਸਿੱਖਿਆ ਹੋਣਾ ਕਿਸੇ ਨਾ ਕਿਸੇ ਤੋਂ ਐਂਡ ਦਾ ਡਾਕਟਰ ਦਸ ਡਿਜ਼ਾਈਨ ਹੀ ਟਰਨਸ ਅਰਾਊਂਡ ਐਂਡ ਸੇਜ਼ ਯੈਸ ਆਈ ਹੈਵ ਮੈਂ ਸੰਗਤ ਕੀਤੀ ਆ ਕਿਨਾਂ ਦੀ ਸੰਤ ਬਾਬਾ ਜਰਨੈਲ ਸਿੰਘ ਖਾਲਸੇ ਬੋਲੇ so much alcohol wo doctor ne aap kar ke and I'm giving this sakhi ke who knows by us changing ourselves it can affect someone else around us sahi gal hai je sada jeevan if our life becomes an example people can learn from that example and change their own life and oh kehne laga doctor kehne laga santa nu garmiyan vich ਸ਼ਾਲੇ ਹੋ ਜਾਂਦੇ ਸੀ ਇਨ ਦਾ ਥਰੋਟ ਇਨ ਦਾ ਮਾਉਥ ਸ਼ਾਲੇ ਹੋ ਜਾਂਦੇ ਸੀ ਬਲਿਸਟਰਸ ਐਂਡ ਕਹਿੰਦੇ ਇੰਨੀ ਜ਼ਿਆਦਾ ਬਿਮਾਰੀ ਵਧੀ ਕਿ ਦੇ ਹੱਥ ਹਸਪੀਟਲ ਉਹਨਾਂ ਨੂੰ ਦਾਖਲਾ ਕਰਾਇਆ ਕਹਿੰਦੇ ਮੇਰੀ ਜ਼ਿੰਮੇਵਾਰੀ ਲਾਤੀ ਉੱਥੇ ਕਿ ਦਾ ਯੂ ਹੈਵ ਟੂ ਲੁੱਕ ਆਫਟਰ ਸੰਤ ਜਰਨੈਲ ਸਿੰਘ ਦਾ ਯੂ ਹੈਵ ਟੂ ਮੇਕ ਸ਼ੋਰ ਦਾ ਰਿਜ਼ਲਟਸ ਐਂਡ ਐਵਰੀਥਿੰਗ ਆਰ ਫਾਈਨ ਯੂ ਹੈਵ ਟੂ ਟੇਕ ਕੇਅਰ ਆਫ ਦੈਮ ਔਰ ਕਹਿਣ ਲੱਗਾ ਭਿੰਡਰਾਂਵਾਲੇ ਬੜਾ ਸੁਣਿਆ ਸੀ ਆਪਾਂ ਭਿੰਡਰਾਂਵਾਲੇ ਕਹਿੰਦੇ ਕਿ ਮੈਂ ਸੋਚਾਂ ਕਿ ਐਵਰੀ ਨਾਈਟ ਮੈਨੂੰ ਤਾਂ ਪੈਗ ਲਾ ਕੇ ਸੌਣਾ ਪੈਂਦਾ ਆ ਇਦਾਂ ਬੜੇ ਹੁੰਦੇ ਨੇ ਸਿਆਣੇ ਰਾਤ ਨੂੰ ਗੋਡੇ ਬੜੇ ਦੁਖਦੇ ਨੇ ਪੈਗ ਲਾਉਣਾ ਪਏਗਾ ਇਦਾਂ ਦੇ ਸਿਆਣੇ ਹੁੰਦੇ ਆ ਠੰਡ ਲੱਗਦੀ ਆ ਲਾ ਲਓ ਪੈਗ ਗੁਰਮੁਖੋ ਕੀ ਕੰਮ ਕਰਦੇ ਬਾਕੀ ਵੀ ਬਜ਼ੁਰਗ ਸੌਂਦੇ ਨੇ ਉਹਨਾਂ ਦੇ ਨਹੀਂ ਗੋਡੇ ਦੁਖਦੇ ਇਹ ਸਾਡੇ ਐਕਸਕਿਊਜ਼ ਆ ਗਏ ਮੇਕ ਐਕਸਕਿਊਜ਼ਸ ਪਰ ਗੁਰਮੁਖੋ ਉਹ ਕਹਿਣ ਲੱਗਾ ਕਿ ਆਈ ਯੂਸ ਟੂ ਡਰਿੰਕ ਆਈ ਯੂਸ ਟੂ ਈਟ ਮੀ ਐਂਡ ਮੇਰੀ ਉਹਨਾਂ ਨੇ ਡਿਊਟੀ ਲਾ ਦਿੱਤੀ ਆਈ ਵਾਸ ਲਾਈਕ ਮੈਂ ਹੁਣ ਇਦਾਂ ਕਿਦਾਂ ਕਰੂੰ ਹਾਉ ਲਾ ਲਿਵਾ ਲਿਫ ਅਵੇ ਫਰਮ ਦੇ ਆਪ ਕੋ ਹਾਉ ਮੈਂ ਸ਼ਰਾਬ ਤੋਂ ਬਿਨਾਂ ਕਿਦਾਂ ਰਹਿ ਜੂ ਚਲੋ ਠੀਕ ਆ ਕਹਿਣ ਲੱਗੇ ਤਿੰਨ ਦਿਨ ਸੰਤ ਜਰਨੈਲ ਸਿੰਘ ਜੀ ਖਾਲਸਾ ਹਸਪੀਟਲ ਵਿੱਚ ਦਾਖਲ ਰਹੇ 3 ਡੇਜ਼ ਦੇ ਸਟੇਡ ਇਨ ਹਸਪੀਟਲ ਕਹਿੰਦੇ ਤਿੰਨ ਦਿਨ ਮੈਂ ਉਹਨਾਂ ਨੂੰ ਲੰਮੇ ਪਿਆ ਨਹੀਂ ਵੇਖਿਆ ਆਪ ਨੇ ਗੱਲ ਦੱਸੀ ਕਿ ਆਈ ਡਿਡਨਟ ਸੀ them lying flat on their bed ਮੈਂ ਨਹੀਂ ਵੇਖਿਆ ਉਹਨਾਂ ਨੂੰ ਕਹਿੰਦੇ ਰਾਤ ਨੂੰ ਕਹਿੰਦੇ 12:30 ਵਜੇ ਤੇ ਇਸ ਗਿਆਨ ਉਸ ਦਾ ਬੈਠ ਇਸ਼ਨਾਨ ਕਰਕੇ ਫਿਰ ਬਹਿ ਜਾਂਦੇ ਸੀ ਅਰ ਕਹਿੰਦੇ ਮੈਂ ਉਹਨਾਂ ਨੂੰ ਦੇਖਣਾ ਕਿ ਇਹ ਕਿੱਦਾਂ ਦੇ ਨਾ ਵਾਹ ਵਾਹ ਦੇ ਜਿਹੜਾ ਥਾ ਸੇ ਐਨੀਥਿੰਗ ਟੂ ਮੀ ਮੈਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਬਸ ਦੇ ਖਾਲੀ ਨਾਲ ਮੇਰੇ ਤੇ ਨਿਤ ਨੇ ਬਾਣੀ ਪੜਦੇ ਰਹੇ ਸੰਗਤ ਉਸ ਤੋਂ ਮਸੀਹ ਦਾ ਮਤ ਹਸਪੀਟਲ ਐਂਡ ਮੈਂ ਸੋਚਾਂ ਕਿ ਵਾਹ ਹੋਏ ਕਿੱਦਾਂ ਦੇ ਨੇ ਕਿ ਸੌਂਦੇ ਨਹੀਂ ਢੋਲਾ ਕੇ ਬੈਠੇ ਰਹਿੰਦੇ ਨੇ ਅੱਖਾਂ ਮੀਟਦੇ ਨੇ ਲੰਮੇ ਤਾਂ ਪੈਂਦੇ ਹੀ ਨਹੀਂ ਹੈਗੇ ਪਰ ਨਹੀਂ ਬਣਾ ਮੈਂ ਦੇਖ ਲਈ ਮੈਨੂੰ ਤਾਂ ਪਤਾ ਹੀ ਨਹੀਂ ਕਹਿੰਦੇ ਤਾਂ ਤਿੰਨ ਦਿਨ ਰਹੇ ਦਾਖਲ ਆ ਇੱਥੇ ਹਸਪੀਟਲ ਚ 3 ਡੇਜ਼ ਦੇ ਸਟੇਡ ਇਨ ਹਸਪੀਟਲ ਆਫਟਰ 3 ਡੇਜ਼ ਕਹਿੰਦੇ ਆਈ ਹੈਡ ਅ ਡਰੰਕ ਫॉर 3 ਡੇਜ਼ ਨਾ ਮੈਂ ਖਾਤਾ ਸੀ ਕੁਝ ਨਾ ਪੀਤਾ ਸੀ ਕਹਿੰਦੇ ਸੰਤ ਜਰਨੈਲ ਸਿੰਘ ਜੀ ਜਾਣ ਲੱਗੇ ਬਾਹਰ ਦੇ ਬਾਅਦ ਲੀਵ ਦਾ ਹਸਪੀਟਲ ਕਹਿੰਦੇ ਆਈ ਵੈਂਟ ਰੈਡੀ ਟੂ ਸੰਤ ਜਰਨੈਲ ਸਿੰਘ ਐਂਡ ਮੈਂ ਫਤਿਹ ਬੁਲਾਈ ਉਹ ਕਹਿਣ ਲੱਗੇ ਹਾਂਜੀ ਫਿਰ ਡਾਕਟਰ ਸਾਹਿਬ ਜੀ ਆਪਾਂ ਜਾ ਰਹੇ ਹਾਂ ਉਹ ਕਹਿਣ ਲੱਗੇ ਨਹੀਂ ਹੁਣ ਜਾਇਓ ਨਾ ਮੈਨੂੰ ਨਾਲ ਲੈ ਕੇ ਜਾਇਓ ਆਖੋ ਸਤਨਾਮ ਮੈਨੂੰ ਨਾਲ ਲੈ ਕੇ ਜਾਓ
And Satanas turned around and says, nahi bhai, bache kive palunga, kam kar, doctor di jawa, vadiya lokan da paropkar kar. By you doing good upon people, people think, dekho, singh sardar vi hai, doctor vi hai. Tu kam kar apna. Magar Maharaj ne keha ki tu amrit chak lai. Oh, kehne laga, sat bachan main amrit chakna nu tiyar hai. Look how much effect someone's life can have on a person. Kehna nahi penda, aaj kal people don't want to know, as I said before. Loki ye chahunde ki sanu dasso sikhi bare. Loki ye kehnde ne, show us sikhi. You live sikhi yourself, sanu sikhi vakha, look practically how sikhi is lived. And kehne laga, Dr. Baba Ranjit Singh ji nu keh reha, ke oh din gaya, aa din aaya. ਮੈਂ ਵੀ ਅਮਰਤ ਛਕ ਲਿਆ, ਮੇਰੇ ਬੱਚਿਆਂ ਨੇ ਵੀ ਅਮਰਤ ਛਕਿਆ, ਅੱਗੇ ਉਹ ਵੀ ਡਾਕਟਰ ਨੇ ਸਾਰੇ, ਮੇਰੀਆਂ ਨੌਹਾਂ ਵੀ ਡਾਕਟਰ ਨੇ, ਉਹ ਵੀ ਅਮਰਤਧਾਰੀ ਨੇ, ਮੇਰੇ ਬੱਚੇ ਨੌਹਾਂ ਬਾਈ ਮਾਈ ਗ੍ਰੈਂਡਸਨਸ, ਮੇਰੇ ਪੋਤੇ ਪੋਤੀਆਂ ਵੀ ਪੜ੍ਹ ਰਹੀਆਂ, ਮੇਰੇ ਦੋਹਤੇ ਦੋਹਤੀਆਂ ਵੀ ਪੜ੍ਹ ਰਹੀਆਂ, ਉਹ ਵੀ ਅਮਰਤਧਾਰੀ। ਮੈਂ ਇਹ ਕਹਿ ਰਿਹਾ, ਮੈਂ ਉਹ ਕਹਿਣ ਲੱਗਾ ਕਿ ਮੈਂ ਇਹ ਕਹਿੰਦਾ ਕਿ ਸੰਤ ਜਰਨੈਲ ਸਿੰਘ ਜੀ, ਇਫ ਦੇ ਕੇਮ ਟੂ ਦਾ ਹਸਪੀਟਲ, they didn't come here to get themselves treated. ਉਹ ਆਪਣਾ ਇਲਾਜ ਨਹੀਂ ਕਰਨਾ ਆਏ ਸੀ, ਉਹ ਮੇਰਾ ਹੀ ਇਲਾਜ ਕਰਨਾ ਆਏ ਸੀ। ਆਖੋ ਸਤਨਾਮ, they came to treat me and guide me to the right path.